ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਤੁਹਾਡਾ ਆਪਣਾ ਸਿਟੀ ਲਾਈਵ ਚੈਨਲ ਤੁਹਾਡੀ ਸੇਵਾ ਦੇ ਵਿੱਚ ਕਈ ਸਾਲਾਂ ਤੋਂ ਪਿੰਡਾਂ ਦੇ ਵਿਕਾਸ ਕੰਮ ਦਿਖਾ ਰਿਹਾ ਹੈ ਜੇਕਰ ਗੱਲ ਕਰੀਏ ਪੰਜਾਬ ਦੇ ਹਲਕਿਆਂ ਦੀ ਤਕਰੀਬ 7 ਹਲਕਿਆਂ ਦੇ ਪਿੰਡਾਂ ਦੇ ਵਿਕਾਸ ਕੰਮ ਤੁਹਾਨੂੰ ਦਿਖਾ ਚੁੱਕਾ ਹੈ ਤੇ ਹੁਣ ਜੇਕਰ ਗੱਲ ਕਰੀਏ ਹਲਕਾ ਜਗਰਾਉਂ ਦੀ ਜਿੱਥੋਂ ਦੇ ਐਮਪੀ ਨੇ ਸਰਦਾਰ ਰਵਨੀਤ ਸਿੰਘ ਬਿੱਟੂ ਔਰ ਜਿੱਥੋਂ ਦੇ ਐਮਐਲਏ ਨੇ ਬੀਬੀ ਸਰਬਜੀਤ ਕੌਰ ਮਾਣੂਕੇ ਜੋ ਆਮ ਆਦਮੀ ਪਾਰਟੀ ਨੂੰ ਬਿਲੋਂਗ ਕਰਦੇ ਨੇ ਇਹਨਾਂ ਦੇ ਹਲਕਾ ਜਾਗਰਾਉਂ ਦੇ ਵਿੱਚ ਪਿੰਡਾਂ ਦੇ ਵਿਕਾਸ ਕੰਮ ਕਿਸ ਪ੍ਰਕਾਰ ਹੋ ਰਹੇ ਨੇ ਉਸ ਸਬੰਧ ਦੇ ਵਿੱਚ ਇੱਕ ਇੱਕ ਪਿੰਡ ਦੇ ਵਿੱਚ ਜਾ ਕੇ ਸਿਟੀ ਲਾਈਬ੍ਰੀ ਟੀਮ ਵਿਚਰ ਰਹੀ ਆ ਔਰ ਪਿੰਡਾਂ ਦੇ ਸਰਪੰਚ ਭਾਈ ਚਾਰਾ ਮੌਜੂਦਾ ਸਰਪੰਚ ਭਾਈ ਚਾਰਾ ਸਾਬਕਾ ਉਹਨਾਂ ਦੇ ਰੂਬਰੂ ਹੋ ਰਹੀ ਆ ਔਰ ਸਿਟੀ ਲਾਈਬ੍ਰੀ ਟੀਮ ਜਦੋਂ ਸਰਵੇ ਕਰਦੀ ਆ ਤਾਂ ਬਹੁਤ ਗੱਲਾਂ ਸਾਹਮਣੇ ਆਉਂਦੀਆਂ ਨੇ ਅੱਜ ਸਿਟੀ ਲਾਇਬ੍ਰਿਟੀ ਦੀ ਟੀਮ ਇੱਕ ਵਿਚਾਰ ਸਾਂਝਾ ਕਰਨ ਜਾ ਰਹੀ ਹੈ ਤੁਹਾਡੇ ਨਾਲ ਹੋ ਸਕਦਾ ਹੈ ਕਿ ਇੱਕ ਪਿੰਡ ਤੋਂ ਸਿੱਖਿਆ ਲੈ ਕੇ ਪੰਜਾਬ ਦੇ ਹੋਰ ਪਿੰਡਾਂ ਦੇ ਵੀ ਜਿਹੜਾ ਸਰਪੰਚ ਭਾਈ ਜਾ ਰਿਹਾ ਜਾਂ ਐਨ ਆਰ ਆਈ ਵੀਰ ਹੈ ਕਿਤੇ ਨਾ ਕਿਤੇ ਉਹਨਾਂ ਦੇ ਦਿਮਾਗ ਵਿੱਚ ਵੀ ਆਪਣੇ ਪਿੰਡ ਨੂੰ ਲੱਗੇ ਕਈ ਸਵਾਲ ਉੱਠਣ ਜੀ ਹਾਂ ਗੱਲ ਕਰ ਰਹੀਆਂ ਹਲਕਾ ਜਗਰਾਉਂ ਦੀ ਹਲਕਾ ਜਗਰਾਉਂ ਦੇ ਵਿੱਚ ਨੀਅਰ ਅਬਾਊਟ 22 23 ਦਿਨ ਤੋਂ ਸਿਟੀ ਲਾਇਬ੍ਰਿਟੀ ਟੀਮ ਵਿਚਰ ਰਹੀ ਹੈ ਤੁਸੀਂ ਇਸ ਤੋਂ ਪਹਿਲਾਂ ਵੀ ਹਲਕਾ ਜਗਰਾਉਂ ਦੀ ਇੱਕ ਨਿਊਜ਼ ਸਿਟੀ ਲਾਈਵ ਚੈਨਲ ਦੇ ਰਾਹੀਂ ਦੇਖ ਚੁੱਕੇ ਹੋ ਹਲਕਾ ਜਗਰਾਉਂ ਦੇ ਵਿੱਚ ਇੱਕ ਬਜ਼ੁਰਗ ਜੋੜੇ ਦਾ ਕਤਲ ਹੋਇਆ ਸੀ ਉਹ ਖਬਰ ਵੀ ਤੁਸੀਂ ਦੇਖ ਚੁੱਕੇ ਹੋ ਔਰ ਉਸ ਤੋਂ ਬਾਅਦ ਹੁਣ ਸਿਟੀ ਲਾਈਵ ਦੀ ਟੀਮ ਪਿੰਡਾਂ ਦੇ ਵਿਕਾਸ ਮੁੱਦਿਆਂ ਦੇ ਸਬੰਧ ਦੇ ਵਿੱਚ ਹਲਕਾ ਜਗਰਾਉਂ ਵਿੱਚ ਵਿਚਰਨਾ ਸ਼ੁਰੂ ਕਰ ਦਿੱਤਾ ਔਰ ਅੱਜ ਬਹੁਤ ਇੱਕ ਸੋਚ ਜਨਕ ਸਵਾਲ ਸਾਡੇ ਵੀ ਦਿਮਾਗ ਵਿੱਚ ਆਇਆ ਹਲਕਾ ਜਗਰਾਉਂ ਦੇ ਵਿੱਚ ਦੋ ਪਿੰਡ ਸਿਟੀ ਲਾਇਬ੍ਰੇਰੀ ਟੀਮ ਦੇ ਸਾਹਮਣੇ ਆਏ ਪਹਿਲਾ ਪਿੰਡ ਜਿੱਥੋਂ ਐਂਟਰੀ ਹੋਈ ਉਹ ਹੈ ਪਿੰਡ ਅਖਾੜਾ ਜਿੱਥੋਂ ਦੇ ਮੌਜੂਦਾ ਸਰਪੰਚ ਇਸ ਵਕਤ ਮੈਲ ਹੈ ਔਰ ਦੂਸਰਾ ਪਿੰਡ ਸਾਹਮਣੇ ਆਇਆ ਜਿੱਥੇ ਆਪਾਂ ਇਸ ਸਮੇਂ ਬੈਠੇ ਆਂ ਔਰ ਮੇਰੇ ਨਾਲ ਬੈਠੇ ਨੇ ਮੌਜੂਦਾ ਸਰਪੰਚ ਦੇ ਪਤੀ ਜਿਨ੍ਹਾਂ ਦੇ ਹੁਣ ਤੁਹਾਨੂੰ ਰੂਬਰੂ ਕਰਵਾਉਣ ਜਾ ਰਹੇ ਹਾਂ ਇਸ ਪਿੰਡ ਦੀ ਜੇਕਰ ਗੱਲ ਕਰੀਏ ਸਭ ਤੋਂ ਪਹਿਲੇ ਇਸ ਪਿੰਡ ਦੀ ਕ ਖੂਬੀ ਦੱਸ دیਏ ਕਿ ਇਸ ਪਿੰਡ ਦੇ ਉੱਤੇ ਇਸ ਪਿੰਡ ਦੇ ਵਿੱਚ ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਦੇ ਕਦਮ ਪਏ ਹੋਏ ਨੇ ਔਰ ਕਿਤੇ ਨਾ ਕਿਤੇ ਜਾ ਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਇਸ ਪੁੰਡੇ ਦੇ ਵਸਨੀਕਾਂ ਉੱਤੇ ਆ। ਔਰ ਦੂਜੀ ਗੱਲ ਜਿਸ ਸੰਬੰਧ ਵਿੱਚ ਆਪਾਂ ਵਿਕਾਸ ਮੁੱਦਿਆਂ ਦੀ ਗੱਲ ਕਰ ਰਹੇ ਹਾਂ ਤਾਂ ਆਪਾਂ ਗੱਲ ਕਰਦੇ ਹਾਂ ਤੁਹਾਡੇ ਨਾਲ ਪਹਿਲਾਂ ਪਿੰਡ ਅਖਾੜਾ ਦੀ। ਇਸ ਵਕਤ ਬੈਠੇ ਆਪਾਂ ਪਿੰਡ ਡੱਲਾ ਦੇ ਵਿੱਚ। ਪਿੰਡ ਅਖਾੜਾ ਔਰ ਪਿੰਡ ਡੱਲਾ ਦੇ ਵਿੱਚ ਸਿਟੀ ਲਾਇਬ੍ਰੇਰੀ ਟੀਮ ਨੂੰ ਕੀ ਡਿਫਰੈਂਸ ਨਜ਼ਰ ਆਇਆ? ਪਿੰਡ ਅਖਾਰਾ ਦੀ ਇੱਕ ਖੂਬੀ ਹੈ ਕਿ ਉਸ ਪਿੰਡ ਦੀ ਪੰਚਾਇਤੀ ਆਮਦਨ ਜੋ ਹੈ ਸਾਲਾਨਾ ਕਰੀਬ 15 ਤੋਂ 20 ਲੱਖ ਰੁਪਇਆ ਹੈ। ਔਰ ਦੂਸਰੀ ਪਿੰਡ ਅਖਾਰਾ ਦੇ ਚਾਰ ਸਾਥਾਂ ਦਾ ਜੋ ਸਰਪੰਚ ਨੇ ਉਹ ਆਪਸ ਵਿੱਚ ਸਲਾਹ مشورہ ਕਰਕੇ ਪਿੰਡ ਦੇ ਵਿਕਾਸ ਕੰਮ ਕਰਦੇ ਨੇ ਔਰ ਪਿੰਡ ਅਖਾਰਾ ਦੇ ਵਿੱਚ ਜੋ ਮੌਜੂਦਾ ਸਰਪੰਚ ਹੈ ਉਹ ਵੀ ਆਪਣੇ ਸਾਬਕਾ ਸਰਪੰਚ ਜੋ ਉਹਨਾਂ ਦੇ ਪਿਛਲੇ 4 ਨੇ ਔਰ ਜੇਕਰ ਸਾਬਕਾ ਸਰਪੰਚ ਦੀ ਗੱਲ ਕਰੀਏ ਉਹਨਾਂ ਵਿੱਚੋਂ ਇੱਕ ਨੇ ਸਰਦਾਰ ਗੁਰਨੇਕ ਸਿੰਘ ਜੀ ਉਹਨਾਂ ਦੇ ਸਲਾਹ ਮਸ਼ਵਰੇ ਦੇ ਨਾਲ ਪਿੰਡ ਦੇ ਵਿਕਾਸ ਕੰਮ ਕਰਦੇ ਨੇ ਪਰ ਪਿੰਡ ਡੱਲਾ ਜੇਕਰ ਇਸ ਪਿੰਡ ਦੀ ਗੱਲ ਕਰੀਏ ਤਾਂ ਪਿੰਡ ਡੱਲਾ ਦੇ ਵਿੱਚ ਪੰਚਾਇਤੀ ਆਮਦਨ ਦੇ ਨਾਮ ਤੇ 1 ਰੁਪਿਆ ਵੀ ਨਹੀਂ ਡਿਫਰੈਂਸ ਬਿਟਵੀਨ ਪਿੰਡ ਡੱਲਾ ਔਰ ਪਿੰਡ ਅਖਾੜਾ ਕਿ ਪਿੰਡ ਅਖਾੜਾ ਨੂੰ ਦੇਖ ਕੇ ਜਾਪਦਾ ਹੀ ਨਹੀਂ ਕਿ ਇਸ ਪਿੰਡ ਦੇ ਵਿੱਚ ਕੋਈ ਪੰਚਾਇਤੀ ਆਮਦਨ ਹੈ ਉਸ ਪਿੰਡ ਨੂੰ ਦੇਖ ਕੇ ਲੱਗਦਾ ਹੀ ਨਹੀਂ ਕਿ ਸਾਬਕਾ ਸਰਪੰਚ ਇਕੱਠੇ ਹੋ ਕੇ ਵਿਕਾਸ ਮੁੱਦਿਆਂ ਦੇ ਉੱਤੇ ਸਲਾਹ مشورہ ਕਰਦੇ ਨੇ ਤੇ ਪਿੰਡ ਦੀ ਆਮਦਨ ਜਿਹੜੀ ਹੈ ਪਿੰਡ ਤੇ ਲਗਾਉਂਦੇ ਨੇ ਕਿਉਂਕਿ ਜੇਕਰ ਦੇਖਿਆ ਜਾਵੇ ਤਾਂ ਦਸੰਬਰ ਦੇ ਵਿੱਚ ਸਰਪੰਚਾਂ ਦੇ ਕਾਰਜਕਾਲ ਨੂੰ 3 ਸਾਲ ਹੋ ਗਏ ਨੇ ਔਰ ਇਸ ਕਾਲਜ ਕਾਲ ਦੇ ਦੌਰਾਨ 14ਵੇਂ 15ਵੇਂ ਵਿੱਤ ਕਮਿਸ਼ਨ ਦੀ ਰਕਮ ਨੂੰ ਲਗਾ ਕੇ ਉਸ ਪਿੰਡ ਦੇ ਕੋਲ ਪੰਚਾਇਤੀ ਆਮਦਨ ਵੀ ਪਰ ਪਿੰਡ ਦੇ ਜੋ ਹਾਲਾਤ ਨੇ ਉਤਰ ਸਿਯੋਗ ਨੇ ਔਰ ਜਿੱਥੇ ਗੱਲ ਕਰਦੇ ਆ ਇਸ ਵਕਤ ਆਪਾਂ ਰੂਬਰੂ ਹੋ ਰਹੇ ਹਾਂ ਪਿੰਡ ਡੱਲਾ ਤੋਂ ਸਰਪੰਚ ਬੀਬੀ ਜਸਵਿੰਦਰ ਕੌਰ ਜੀ ਦੇ ਪਤੀ ਸਰਦਾਰ ਨਿਰਮਲ ਸਿੰਘ ਜੀ ਦੇ ਨਾਲ ਔਰ ਪਿੰਡ ਡੱਲਾ ਦੀ ਜੇਕਰ ਖੂਬੀ ਦੀ ਗੱਲ ਕਰੀਏ ਤਾਂ ਪਿੰਡ ਡੱਲਾ ਦੀ ਜੋ ਦਿਖ ਹੈ ਜਿਸ ਤਰ੍ਹਾਂ ਅਸੀਂ ਆਪਣੇ ਸਰਪੰਚ ਭਾਈਚਾਰੇ ਨੂੰ ਇੱਕ ਪਿੰਡ ਦੀ ਮਿਸਾਲ ਦਿੰਦੇ ਹੁੰਨੇ ਆ ਜੋ ਹਲਕਾ ਫਤਿਹਗੜ ਸਾਬਦ ਹੈ ਜਿਸ ਪਿੰਡ ਦਾ ਨਾਮ ਹੈ ਸੱਦੋ ਮਾਜਰਾ ਨਵੀਂ ਬਾਦੀ ਜਿੱਥੋਂ ਦੇ ਸਰਪੰਚ ਨੇ ਸਰਦਾਰ ਰਣਜੀਤ ਸਿੰਘ ਸੇਮ ਐਜ਼ ਇਟ ਇਜ਼ ਇਹੋ ਹੀ ਦਿਖ ਸਾਨੂੰ ਪਿੰਡ ਡੱਲਾ ਦੇ ਵਿੱਚ ਦਿਖੀ ਔਰ ਬਹੁਤ ਹੀ ਵਧੀਆ ਲੱਗਿਆ ਪਰ ਦੁੱਖ ਹੋਇਆ ਕਿ ਇੱਕ ਪਾਸੇ ਪਿੰਡ ਅਖਾੜਾ ਜਿਹਨੂੰ ਕਰੀ 15 ਤੋਂ 20 ਲੱਖ ਰੁਪਏ ਆਮਦਨ ਹੈ ਔਰ ਦੂਜੇ ਪਾਸੇ ਹਲਕਾ ਜਗਰਾ ਹੁੰਦਾ ਹੈ ਪਿੰਡ ਡੱਲਾ ਜੋ ਪੰਚਾਇਤੀ ਆਮਦਨ ਨਾ ਹੋਣ ਦੇ ਬਾਵਜੂਦ ਵੀ ਵਿਕਾਸ ਕੰਮਾਂ ਦੇ ਵਿੱਚ ਮੁਰੇ ਆ ਉਹ ਆਪਾਂ ਗੱਲਬਾਤ ਕਰਦੇ ਹਾਂ ਸਰਪੰਚ ਬੀਬੀ ਜਸਵਿੰਦਰ ਕੌਰ ਜੀ ਦੇ ਪਤੀ ਸਰਦਾਰ ਨਿਰਮਲ ਸਿੰਘ ਜੀ ਦੇ ਨਾਲ ਔਰ ਨਿਰਮਲ ਸਿੰਘ ਜੀ ਦੇ ਤੁਹਾਨੂੰ ਰੂਬਰੂ ਕਰਵਾਈਏ ਉਸ ਤੋਂ ਪਹਿਲੇ ਇੱਕ ਗੱਲ ਦੀ ਹੋਰ ਜਾਣਕਾਰੀ ਦਈਏ ਸਰਦਾਰ ਨਿਰਮਲ ਸਿੰਘ ਜੀ ਦੇ ਪਿਤਾ ਲੇਟ ਸਰਦਾਰ ਤਰਲੋਕ ਸਿੰਘ ਜੀ ਵੀ ਐਜ਼ ਅ ਸਰਪੰਚ ਆਪਣੇ ਪਿੰਡ ਦੀ ਸੇਵਾ ਨਿਭਾ ਚੁੱਕੇ ਨੇ ਆਓ ਗੱਲਬਾਤ ਕਰੀਏ ਪਿੰਡ ਡੱਲਾ ਦੇ ਵਿਕਾਸ ਸੰਬੰਧ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਨਿਰਮਲ ਜੀ ਆਪਾਂ ਪੰਜਾਬ ਪੰਜਾਬੀ ਅਤੇ ਪੰਜਾਬੀਤ ਨੂੰ ਮੁੱਖ ਰੱਖਦੇ ਹੋਏ ਆਪਸ ਵਿੱਚ ਫਤੇ ਦੀ ਸਾਂਝ ਬੁਲਾ ਲਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਤੇ ਮੈਂ ਸੀਟੀ ਲਾਈਵ ਚੈਨਲ ਦਾ ਸਾਡੀ ਬਹੁਤ ਹੀ ਸਤਿਕਾਰਯੋਗ ਭੈਣ ਤੇ ਵੀਰ ਆਏ ਆ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਮੇਰੇ ਨਗਰ ਦੇ ਵਿੱਚ ਪਹੁੰਚਣ ਤੇ ਜੀ ਥੈਂਕ ਯੂ ਜੀ ਨਿਰਮਲ ਸਿੰਘ ਜੀ ਦਰਸ਼ਕ ਹੁਣ ਸੋਚ ਰਹੇ ਹੋਣਗੇ ਕਿ ਬੀਬੀ ਜਸਵਿੰਦਰ ਕੌਰ ਜੀ ਦਾ ਨਾਮ ਲਿਆ ਤੇ ਬੀਬੀ ਜਸਵਿੰਦਰ ਕੌਰ ਜੀ ਰੂਬਰੂ ਨਹੀਂ ਹੋ ਰਹੇ ਤੇ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ ਕਿ ਬੀਬੀ ਜਸਵਿੰਦਰ ਕੌਰ ਜੀ ਦੇ ਪੇਕੇ ਘਰ ਦੇ ਵਿੱਚ ਪੇਕੇ ਪਰਿਵਾਰ ਦੇ ਵਿੱਚ ਵਿਆਹ ਦਾ ਸਮਾਗਮ ਆਇਆ ਹੋਇਆ ਹੈ ਬੀਬੀ ਜੀ ਆਪਣੇ ਬਾਕੀ ਦੇ ਪਰਿਵਾਰ ਸਮੇਤ ਉੱਥੇ ਪਹੁੰਚੇ ਹੋਏ ਨੇ ਤੇ ਪਿੱਛੋਂ ਦੀ ਪਿੰਡ ਦੀਆਂ ਜ਼ਿੰਮੇਵਾਰੀਆਂ ਸੌਂਪ ਗਈ ਨੇ ਸਰਦਾਰ ਨਿਰਮਲ ਸਿੰਘ ਜੀ ਨੂੰ ਤੇ ਨਿਰਮਲ ਜੀ ਗੱਲ ਕਰਦੇ ਆਪਾਂ ਪਹਿਲਾਂ ਬੀਬੀ ਜੀ ਦੇ ਬਾਰੇ ਜਦੋਂ ਬੀਬੀ ਜਸਵਿੰਦਰ ਕੌਰ ਜੀ ਨੂੰ ਪਿੰਡ ਵਾਲਿਆਂ ਨੇ ਸਰਪੰਚ ਚੁਣਿਆ ਤੇ ਚਾਨਣਾ ਪਾਓ ਕਿ ਪਿੰਡ ਵਾਲਿਆਂ ਨੇ ਸਰਬਸੰਮਤੀ ਨਾਲ ਸਰਪੰਚ ਬਣਾਇਆ ਸੀ ਜਾਂ ਵੋਟਾਂ ਪਈਆਂ ਨਹੀਂ ਜੀ ਵੋਟਾਂ ਪਈਆਂ ਸੀਗੀਆਂ ਮੇਰੇ ਨਗਰ ਦੇ ਵਿੱਚ ਜੀ 340 ਵੋਟਾਂ ਦੇ ਉੱਪਰ ਅਸੀਂ ਜਿੱਤੇ ਸੀਗੇ ਸਾਡੇ ಗ್ರಾಮ ਪੰਚਾਇਤ ਦੇ ਜੋ ਮੈਂਬਰ ਬਣੇ ਸੀ ਨੌ ਮੈਂਬਰ ਆ ਸਾਡੇ ਨਾਲ ਜੀ ਦੋ ਮੈਂਬਰ ਕਾਲੀ ਦਲ ਦੇ ਬਣੇ ਸੀਗੇ ਜੀ ਉਹ ਵੀ ਵੈਸੇ ਸਾਡੇ ਨਾਲ ਹੀ ਸੰਯੋਗ ਕਰ ਰਹੇ ਆ ਨੌ ਮੈਂਬਰ ਸਾਡੇ ਬਣੇ ਸੀਗੇ ਆ ਤੁਹਾਡੇ ਮੈਂਬਰ ਪੰਚਾਇਤ ਨੇ ਨੌ ਤੇ ਹੁਣ ਇਹ ਜਾਣਕਾਰੀ ਦਿਓ ਕਿ ਤੁਹਾਡੇ ਪਿੰਡ ਦੀਆਂ ਕੁੱਲ ਵੋਟਾਂ ਕਿੰਨੀਆਂ ਆ ਔਰ ਆਬਾਦੀ ਕਿੰਨੀਆਂ ਆ ਮੇਰੇ ਪਿੰਡ ਦੀ ਜੀ 3700 ਵੋਟ ਆ ਹੁਣ ਜਿਹੜੀ ਨਵੀਂ ਆ ਉਦੋਂ ਤਕਰੀਬਨ 35 ਤੋਂ 3700 ਵੋਟ ਸੀਗੀ ਤੇ 6200 ਬਾਦੀ ਆ ਜੀ ਸਾਡੇ ਨਗਰ ਦੀ ਜੀ ਅੱਜ ਜੇਕਰ ਆਪਾਂ ਗੱਲ ਕਰੀਏ ਬੀਬੀ ਜੀ ਦੀ ਝੋਲੀ ਵਿੱਚ ਕਿੰਨੀਆਂ ਵੋਟਾਂ ਤੋਂ ਬੀਬੀ ਜੀ ਨੇ ਲੀਡ ਕੀਤਾ ਸੀ ਉਸ ਟਾਈਮ ਸਾਡੇ 3200 ਵੋਟ ਕੁੱਲ ਪਈ ਸੀਗੀ ਜੀ ਜਿਹਦੇ ਵਿੱਚ ਅਸੀਂ ਤਿੰਨ ਕੈਂਡੀਡੇਟ ਖੜੇ ਸੀਗੇ ਜੀ ਇੱਕ ਨੂੰ 43 ਪੰਜਾਂ ਸੀਗੀਆਂ ਤੇ ਬਾਕੀ ਚੰਦ ਸਿੰਘ ਨੂੰ ਤੇ ਸਾਨੂੰ ਪੰਜਾਂ ਸੀਗੀ ਜੀ ਕਿੰਨੀਆਂ ਤੋਂ ਲੀਡ ਕੀਤੀ ਬੀਬੀ ਜੀ ਨੇ ਲੀਡ 340 ਵੋਟਾਂ ਦੀ ਲੀਡ ਲਈ ਸੀ। ਆ ਜੇਕਰ ਗੱਲ ਕਰੀਏ ਤੁਹਾਡੇ ਪਿੰਡ ਦੀ ਤੇ ਜਿਹੜੀ ਗੱਲ ਅਸੀਂ ਸ਼ੁਰੂ ਦੇ ਵਿੱਚ ਦਰਸ਼ਕਾਂ ਨੂੰ ਦੱਸ ਚੁੱਕੇ ਹਾਂ ਉਸ ਦੇ ਬਾਰੇ ਇੱਕ ਵਾਰ ਤੁਸੀਂ ਵੀ ਚਾਣਨਾ ਪਾ ਦਿਓ ਇਹ ਦੱਸੋ ਕਿ ਤੁਹਾਡੇ ਪਿੰਡ ਦੀ ਪੰਚਾਇਤੀ ਜ਼ਮੀਨ ਕਿੰਨੀ ਆ ਔਰ ਉਸ ਤੋਂ ਆਮਦਨ ਕਿੰਨੀ ਹੈ? ਮੇਰੇ ਨਗਰ ਦੇ ਵਿੱਚ ਕੋਈ ਪੰਚਾਇਤੀ ਜ਼ਮੀਨ ਹੈ ਨਹੀਂ ਜੀ ਤੇ ਨਾ ਹੀ ਕੋਈ ਆਮਦਨ ਆ ਜੋ ਮੇਰੀ ਆਮਦਨ ਆ ਉਹ ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਬਜ਼ੁਰਗ ਭੈਣਾ ਮਾਮਾ ਐਨ ਆਰ ਆਈ ਜੀ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਆ ਮੇਰੇ ਨਗਰ ਨੂੰ ਉਹਨਾਂ ਦਾ ਮੈਂ ਕੋਟਣ-ਕੋਟ ਧੰਨਵਾਦ ਹੁਣ ਵੀ ਕਰਦਾ ਬਾਅਦ ਦੇ ਵਿੱਚ ਵੀ ਕਰਨਾ ਤੇ ਉਹਨਾਂ ਨੇ ਮੇਰੇ ਨਗਰ ਲਈ ਹਮੇਸ਼ਾ ਤਤ ਪਰ ਰਹਿੰਦੇ ਨੇ ਅਪਰਾਲੇ ਕਰਦੇ ਰਹਿੰਦੇ ਨੇ ਮੇਰੇ ਨਗਰ ਲਈ ਤੁਹਾਡੇ ਐਨਆਰਆਈ ਵੀ ਤੁਹਾਨੂੰ ਕੀ ਸਹਿਯੋਗ ਕਰਦੇ ਨੇ ਇਸ ਦੌਰ ਵਿੱਚ ਵੀ ਆਪਾਂ ਅਗਲੇ ਸਵਾਲਾਂ 'ਚ ਗੱਲਬਾਤ ਕਰਾਂਗੇ ਉਸ ਤੋਂ ਪਹਿਲਾਂ ਇਹ ਚਾਣਨਾ ਪਾਓ ਕਿ ਕੀ ਬੀਬੀ ਜਸਵਿੰਦਰ ਕੌਰ ਜੀ ਨੂੰ ਜਾਣਕਾਰੀ ਹੈ ਕਿ ਜਿਹੜੀ ਸਾਬਕਾ ਪੰਚਾਇਤ ਆ ਉਹਨੂੰ ਪਿਛਲੇ 5 ਸਾਲਾਂ 'ਚ ਕਿੰਨੀ ਗ੍ਰਾਂਟ ਆਈ ਸੀ ਨਹੀਂ ਜੀ ਉਹਦੇ ਬਾਰੇ ਅਸੀਂ ਉਹਨਾਂ ਦਾ ਕੋਈ ਰਿਕਾਰਡ ਨਾ ਫੋਲਿਆਗਾ ਗਰੰਟਾ ਵੈਸੇ ਉਹ ਜੋ ਮੇਰੇ ਵਿਰੋਧੀ ਆ ਉਹ ਕਹਿ ਰਹੇ ਆ ਵੀ ਸਾਨੂੰ 4-5 ਕਰੋੜ ਰੁਪਈਆ 4 ਤੋਂ 5 ਕਰੋੜ ਆਇਆ ਪਿਆ ਮੇਰੇ ਨਗਰ ਦੇ ਲੋਕਾਂ ਨੂੰ ਪਤਾ ਹੀ ਆ ਜੋ ਉਹਨਾਂ ਨੇ ਲਾਇਆ ਜਾਂ ਉਹਨਾਂ ਨੇ ਜੋ ਕਾਰਜ ਕੀਤੇ ਆ ਜੋ ਅਸੀਂ ਕੀਤੇ ਆ ਅਸੀਂ ਆਪਦੇ ਕਾਰਜਾਂ ਦੀ ਤੁਹਾਨੂੰ ਜਰੂਰ ਦੱਸਾਂਗੇ ਜੀ ਤੇ ਉਹਨੇ ਇਹ ਚਾਲਣਾ ਪਉ ਜਦੋਂ ਬੀਬੀ ਜਸਵਿੰਦਰ ਕੌਰ ਜੀ ਨੇ ਆਪਣਾ ਕਾਰਜਪਾਲ ਸੰਭੇ ਅੱਬ ਤੋਂ ਸਰਪੰਚ ਤੇ ਦਰਸ਼ਕਾਂ ਨੂੰ ਇੱਥੇ ਇੱਕ ਗੱਲ ਹੋਰ ਦੱਸ ਦਈਏ ਕਿ ਬੀਬੀ ਜਸਵਿੰਦਰ ਕੌਰ ਜੀ ਪਿੰਡ ਡੱਲਾ ਦੀ ਸਰਪੰਚ ਹੋਣ ਦੇ ਨਾਲ-ਨਾਲ ਮਾਰਕੀਟ ਕਮੇਟੀ ਦੇ ਡਾਇਰੈਕਟਰ ਵੀ ਨੇ ਤੇ ਜੇਕਰ ਅੱਪਾ ਗੱਲ ਕਰੀਏ ਬੀਬੀ ਜੀ ਦੀ ਤਾਂ ਐਜ਼ ਏ ਡਾਇਰੈਕਟਰ ਮਾਰਕੀਟ ਕਮੇਟੀ ਦੇ ਉਹਨਾਂ ਕੋਲ ਅਹੁਦਾ ਹੈ ਜਾਂ ਤਾਂ ਸਰਪੰਚੀ ਦਾ ਅਹੁਦਾ ਹੈ ਤੇ ਜਦੋਂ ਬੀਬੀ ਜੀ ਨੇ ਆਪਣਾ ਸਰਪੰਚੀ ਦਾ ਕਾਰਜਪਾਲ ਸੰਭੇ ਆ ਤਾਂ ਸਾਬਕਾ ਪੰਚਾਇਤ ਨੇ ਮੌਜੂਦਾ ਪੰਚਾਇਤ ਦੇ ਖਾਤੇ ਵਿੱਚ ਕਿੰਨੀ ਰਕਮ ਛੱਡੀ ਸੀ ਨਹੀਂ ਜੀ ਅਸੀਂ ਉਹਨਾਂ ਦੇ ਦੇਣੇ ਸੀਗੇ ਉਹਨਾਂ ਦਾ 70000 ਰੁਪਇਆ ਉਹ ਕਹਿੰਦੇ ਵੀ ਸਾਡੇ ਕੋਲੇ ਕੋਲੋਂ ਚੱਲਿਆ ਪਿਆ ਪਰ ਅਸੀਂ ਦੇ ਨਹੀਂ ਸਕੇ ਆਮਦਨ ਕੋਈ ਹੈ ਨਹੀਂਗੀ ਜੀ ਅਸੀਂ ਦਿੱਤਾ ਨਹੀਂ ਗਾ ਐਵੇਂ ਕਹਿ ਦਈਏ ਪਰ ਉਹਨਾਂ ਨੇ 70000 ਰੁਪਇਆ ਸਾਡੇ ਸਿਰ ਤੋੜਿਆ ਸੀ ਇੱਥੇ ਇੱਕ ਗੱਲ ਦਰਸ਼ਕਾਂ ਨਾਲ ਸਾਂਝੀ ਕਰਨਾ ਚਾਹਾਂਗੇ ਕਿ ਹੁਣ ਤੱਕ ਜਿੰਨੀਆਂ ਵੀ ਤੁਸੀਂ ਵਿਕਾਸ ਮੁੱਦੇ ਦੇ ਉੱਤੇ ਸਰਪੰਚ ਭਾਈਚਾਰੇ ਦੇ ਰੂਬਰੂ ਹੋਏ ਹੋ ਤਾਂ ਤੁਸੀਂ ਸੁਣਿਆ ਹੋਏਗਾ ਕਿ ਸਰਪੰਚ ਭਾਈਚਾਰੇ ਨੇ ਦੱਸਿਆ ਸੀ ਕਿ ਉਹਨਾਂ ਦੀ ਸਾਤਕਾ ਪੰਚਾਇਤ ਨੇ ਕੁਝ ਨਾ ਕੁਝ ਰਕਮ ਉਹਨਾਂ ਦੇ ਖਾਤੇ ਵਿੱਚ ਛੱਡੀ ਹੈ ਜਾਂ ਖਾਤਾ ਨਿਲ ਛੱਡਿਆ ਪਰ ਪਿੰਡ ਡੱਲਾ ਦੀ ਪੰਚਾਇਤ ਬੀਬੀ ਜਸਵਿੰਦਰ ਕੌਰ ਜੀ ਜੋ ਐਜ਼ ਅ ਸਰਪੰਚ ਕੰਮ ਕਰ ਰਹੀ ਨੇ ਉਹਨਾਂ ਦੀ ਜੋ ਸਾਬਕਾ ਪੰਚਾਇਤ ਹੈ ਜੇਕਰ ਸਰਦਾਰ ਨਿਰਮਲ ਸਿੰਘ ਜੀ ਦੇ ਸ਼ਬਦਾਂ ਦੇ ਜਾਈਏ ਤਾਂ ਪਿੰਡ ਡੱਲਾ ਦੀ ਮੌਜੂਦਾ ਪੰਚਾਇਤ ਦੇ ਸਿਰ ਦੇ ਉੱਤੇ ਸਾਬਕਾ ਪੰਚਾਇਤ ਨੇ ਇੱਕ ਪ੍ਰਕਾਰ ਦਾ ਕਰਜ਼ ਹੀ ਛੱਡਿਆ ਤੇ ਜੇਕਰ ਆਪਾਂ ਗੱਲ ਕਰੀਏ ਉਸ ਕਰਜ਼ ਦੀ ਕਦੇ ਆਪਸ ਦੇ ਵਿੱਚ ਬੈਠ ਕੇ ਸਾਬਕਾ ਪੰਚਾਇਤ ਨੇ ਕਿਹਾ ਨਹੀਂ ਵੀ ਸਾਡਾ ਬਕਾਇਆ ਰਕਮ ਜੋ ਰਕਮ ਨਿਕਲਦੀ ਉਹ ਦੋ ਨਹੀਂ ਜੀ ਜੋ ਸਾਡੇ ਸਰਪੰਚ ਸਾਹਿਬ ਸੀਗੇ ਉਹ ਬਚੱਤਰ ਸਿੰਘ ਸੀ ਉਹਨਾਂ ਦਾ ਜੋ ਕਾਰਜਕਾਰ ਸੀ ਉਹ ਚੰਦ ਸਿੰਘ ਕੋਲੇ ਸੀ ਉਹਨਾਂ ਨੇ ਸਾਨੂੰ ਕਹੇ ਵੀ 70000 ਰੁਪਇਆ ਦੇਵੋ ਸਾਡੇ ਕੋਲੇ ਕੋਈ ਆਮਦਨ ਜੀ ਦੀ ਗ੍ਰਾਂਟ ਦੇ ਵਿੱਚੋਂ ਅਸੀਂ ਦੇ ਨਹੀਂ ਸਕਦੇ ਜੀ ਜੇਕਰ ਆਪਾਂ ਗੱਲ ਕਰੀਏ ਤੁਹਾਡੇ ਪਿੰਡ ਦੀ ਗ੍ਰਾਂਟ ਆਮਦਨ ਦੀ ਗੱਲ ਕਰੀਏ ਪੰਚਾਇਤੀ ਜ਼ਮੀਨ ਦੀ ਤਾਂ ਤੁਹਾਡੇ ਕੋਲ ਪੰਚਾਇਤੀ ਜ਼ਮੀਨ ਨਹੀਂ ਹੈ ਪਰ ਜੇਕਰ ਬੀਬੀ ਜੀ ਦੇ 3 ਸਾਲ ਦਾ ਕਾਰਜਕਾਲ ਦੀ ਗੱਲ ਕਰੀਏ ਇਹ ਚਾਣਣਾ ਪਾਓ ਕਿ ਇਹ 3 ਸਾਲ ਦੇ ਵਿੱਚ ਸਰਕਾਰ ਕੰਨਿਓ ਤੁਹਾਨੂੰ ਕਿੰਨੀ ਗ੍ਰਾਂਟ ਆਈ ਸਾਨੂੰ ਜੀ ਤਕਰੀਬਨ 1 ਕਰੋੜ 10 ਲੱਖ ਰੁਪਈਆ ਗ੍ਰਾਂਟ ਆਈ ਆ ਜੀ ਜਿਹਦੇ ਵਿੱਚੋਂ ਅਸੀਂ ਤਕਰੀਬਨ 30 ਤੋਂ 32 ਗਲੀਆਂ ਇੰਟਰਲੌਕ ਨਾਲ ਪੱਕੀਆਂ ਕਰੀਆਂ ਜੋ ਸਾਰੀਆਂ ਦੇ ਵਿੱਚ ਸੀਵਰੇਜ ਪਾਇਆਗਾ ਜੀ ਉਸ ਤੋਂ ਬਾਅਦ ਹੁਣ ਅਸੀਂ 53 ਲੱਖ ਰੁਪਏ ਦਾ ਉਹ ਤਕਰੀਬਨ 2 ਕਿਲੋਮੀਟਰ ਦੁਨੀ ਪਾਸੀ ਨਾਲਾ ਬਣਾਇਆ ਜੀ ਉਹਦੇ ਵਿੱਚ ਪੁਲੀਆਂ ਪਾਜਾਂ ਨੇ ਜੀ ਉਸ ਤੋਂ ਬਾਅਦ ਜੀ ਅਸੀਂ ਪਿੰਡ ਦੇ ਵਿੱਚ 150 ਬੈਂਚ ਰੱਖਿਆ ਜੀ ਸਰਕਾਰੀ ਹਾਇਰ ਸਕੈਂਡਰੀ ਸਕੂਲ ਆਈ ਸਾਡਾ ਉੱਤੇ ਅਸੀਂ 7 ਲੱਖ ਨਾਲ ਬਾਸਕਟਬਾਲ ਦਾ ਗਰਾਊਂਡ ਬਣਾ ਕੇ ਦਿੱਤਾ ਵਿਦਿਆਰਥੀਆਂ ਨੂੰ ਕਿੱਢਣ ਲਈ ਜੀ ਜੋ ਐਨ ਆਰ ਆਈ ਵੀਰਾਂ ਵਾਲਿਓ ਆ ਰਹੇ ਪੈਸੇ ਨੇ ਇੱਕ ਮੁੰਡਿਆਂ ਨੂੰ ਜਿੰਮ ਬਣਾ ਕੇ ਦਿੱਤੀ ਆ ਜੀ ਬਹੁਤ ਵਧੀਆ ਜੀ ਜਿਹੜੀ ਪ੍ਰਾਣੀ ਇੱਕ ਮਿੰਟ ਨਿਰਮਲ ਜੀ ਆਪਾਂ ਪਹਿਲਾਂ ਜੋ ਸਰਕਾਰ ਕਨੇ ਤੁਹਾਨੂੰ ਗ੍ਰਾਂਟ ਆਈ ਆ ਉਹਦਾ ਹੀ ਬਿਉਰਾ ਦਿਓ ਪਹਿਲਾਂ ਠੀਕ ਹੈ ਜੀ ਇੱਕ ਕਰੋੜ 10 ਲੱਖ ਰੁਪਏ ਤੋਂ ਉੱਤੇ ਸਾਨੂੰ ਮਿਲਿਆ ਜੀ ਜੋ ਅਸੀਂ ਪਿੰਡ ਦੇ ਵਿੱਚ 30 ਤੋਂ 32 ਗਲੀਆਂ ਪੱਕੀਆਂ ਕਰੀਆਂ ਇੱਕ ਸਾਡੇ ਇਧਰ ਮਗਰ ਬਸਤੀ ਆ ਜੀ ਉਹਦੇ ਤੇ ਅਸੀਂ 12 ਤੋਂ 13 ਲੱਖ ਲਾਇਆ ਉਹਦਾ ਪਾਣੀ ਸਾਡੀ ਪਿਛਲੀ ਪੰਚਾਇਤ ਨੇ ਕਹਦਾ ਸੀ ਵੀ ਇਹ ਨਿਕਲਣਾ ਨਹੀਂ ਕਿਸੇ ਲੋੜ ਵੀ ਉਹ ਅਸੀਂ ਮੋਟਰ ਲਾ ਕੇ ਕੱਢ ਗਏ ਇਸ ਨਾਲੇ ਦੇ ਵਿੱਚ ਪਾਇਆ ਜੀ ਉਹਦੇ ਤੇ ਪੈਸੇ ਲਾਏ ਆ ਗਲੀਆਂ ਨਾਲੀਆਂ ਬਣਾਈਆਂ ਤੇ ਜਿਹਦੇ ਨਾਲ ਅਸੀਂ ਪਿੰਡ ਦੇ ਵਿੱਚ ਬੈਠਣ ਲਈ ਬੈਂਚ ਰੱਖੇ ਆ ਇੱਕ ਪਾਰਕ ਬਣਾਈ ਆ ਜੀ ਪ੍ਰਾਇਮਰੀ ਸਕੂਲ ਦੇ ਸਾਹਮਣੇ ਉਹਦੇ ਵਿੱਚ ਘਾਹ ਲਾਇਆ ਘਾਹ ਲਾ ਕੇ ਉਹਦੇ ਵਿੱਚ ਜੋ ਵੀ ਬੱਚਿਆਂ ਲਈ ਚੂਲੇ ਲਾਏ ਗਏ ਆ ਜੀ ਤੇ ਇਹਨੇ ਕੰਮ ਕੀਤੇ ਆ ਜੀ ਅਸੀਂ ਨਿਰਮਲ ਸਿੰਘ ਜੀ ਜੇਕਰ ਆਪਾਂ ਗੱਲ ਕਰੀਏ ਤੁਹਾਡੇ ਪਿੰਡ ਡੱਲੇ ਦੀ ਤਾਂ ਸਿਟੀ ਲਾਈਬਰੀ ਟੀਮ ਜਦੋਂ ਇੱਥੇ ਸਰਵੇ ਕੀਤਾ ਤੇ ਸਾਨੂੰ ਤਾਂ ਵੈਸੇ ਕੋਈ ਇਹ ਜੀ ਗਲੀ ਨਜ਼ਰ ਨਹੀਂ ਆਈ ਜਿਹਦਾ ਹਲੇ ਕੰਮ ਪਕਾਇਆ ਰਹਿੰਦਾ ਹੋਵੇ ਹੋ ਸਕਦਾ ਹੈ ਕਿ ਸਾਡੀ ਅੱਖੋਂ ਓਲੇ ਹੋ ਗਈ ਹੋਵੇ ਉਹ ਗਲੀ ਤੇ ਤੁਸੀਂ ਇਹ ਚੰਲਣਾ ਪਾਓ ਕਿ ਕੀ ਪਿੰਡ ਡੱਲਾਂ ਦੀਆਂ ਕੋਈ ਗਲੀਆਂ ਰਹਿੰਦੀਆਂ ਨੇ ਜਿਨ੍ਹਾਂ ਨੂੰ ਹਲੇ ਇੰਟਰਲੌਕ ਟਾਈਲਾਂ ਦੀ ਜ਼ਰੂਰਤ ਹੈ ਹਾਂਜੀ ਹਜੇ ਮੇਰੇ ਤਕਰੀਬਨ ਜੇ ਮੈਂ ਦੇ ਆਪਦੇ ਹਿਸਾਬ ਨਾਲ ਤਾਂ ਹਜੇ ਅੱਧੀਆਂ ਹੀ ਹੋਈਆਂ ਜੀ ਮੇਰਾ ਨਗਰ ਬਹੁਤ ਵੱਡਾ ਹੈਗਾ ਤਕਰੀਬਨ ਅਧੀਆਂ ਗਲੀਆਂ ਹਜੇ ਲਾਲ ਇੱਟ ਨਾਲ ਬਣੀਆਂ ਹੋਈਆਂ ਜੋ ਮਾਲਕ ਦੀ ਕਿਰਪਾ ਨਾਲ ਹੁਣ ਗ੍ਰਾਂਟ ਫੇਰ ਆ ਰਹੀ ਆ ਤੇ ਦੁਬਾਰਾ ਫੇਰ ਸ਼ੁਰੂ ਕੀਤਾ ਜਾਊ ਜੀ ਕਾਰਜ ਜੀ ਨਿਰਮਲ ਸਿੰਘ ਜੀ ਜੇਕਰ ਆਪਾਂ ਗੱਲ ਕਰੀਏ ਤੁਹਾਡੇ ਪਿੰਡ ਡੱਲਾ ਦੀ ਤੇ ਸਿਟੀ ਲਾਈਵ ਦੀ ਟੀਮ ਨੇ ਜਿੰਨੀ ਇੱਥੇ ਸਰਵੇ ਕੀਤੀ ਤਾਂ ਆਲਮੋਸਟ ਸਾਨੂੰ ਤੁਹਾਡੇ ਪਿੰਡ ਬਹੁਤ ਹੀ ਵਧੀਆ ਲੱਗਿਆ ਪਰ ਹੋ ਸਕਦਾ ਹੈ ਕਿ ਸਾਡੀਆਂ ਅੱਖਾਂ ਤੋਂ ਕੁਝ ਕੰਮ ਉਲੇ ਰਹੇ ਹੋਣ ਸਾਨੂੰ ਜੋ ਨਾਂ ਨਜ਼ਰ ਆਏ ਹੋਣ ਇਹ ਚਾਨਣਾ ਪਾਓ ਕਿ ਤੁਹਾਡੇ ਪਿੰਡ ਡੱਲਾ ਆndੀਆਂ ਹੋਰ ਕਿੰਨੀਆਂ ਗਲੀਆਂ ਨੇ ਜਿਨ੍ਹਾਂ ਦੇ ਹਲੇ ਕੰਮ ਨੇਪਰੇ ਚੜ੍ਹਣਾ ਹੈ ਅਜੇ ਤਕਰੀਬਨ ਜੀ 10 ਤੋਂ 15 ਗਲੀਆਂ ਰਹਿੰਦੀਆਂ ਨੇ ਇੱਕ ਮੇਰਾ ਛੋਟਾ ਹੀ ਨਗਰ ਨਹਿਰੋਪਾਰ ਵਸਿਆ ਹੋਇਆ ਉਹਨਾਂ ਦੀਆਂ ਵੀ ਗਲੀਆਂ ਰਹਿੰਦੀਆਂ ਨੇ ਜੀ ਤੇ ਅਸੀਂ ਸਰਕਾਰ ਤੋਂ ਮੰਗ ਕੀਤੀ ਆ ਵੀ ਸਾਨੂੰ 50 ਲੱਖ ਰੁਪਏ ਦੀ ਗ੍ਰਾਂਟ ਦੇਵੋ ਜੀ ਨਾ ਮੈਨੂੰ ਹਜੇ ਤੱਕ ਐਮਪੀ ਫੰਡ ਦੇ ਵਿੱਚੋਂ ਕੋਈ ਪੈਸਾ ਆਇਆਗਾ ਵੈਸੇ ਸਾਡੇ ਐਮਪੀ ਸਾਹਿਬ ਕਹਿ ਰਹੇ ਆ ਉਹਨਾਂ ਨੇ ਵਾਦਾ ਵੀ ਕੀਤਾ ਸੀ ਵੀ ਛੋਟੇ ਨਗਰ ਨੂੰ 1 ਕਰੋੜ ਦੇਵਾਂਗੇ ਤੇ ਹਜੇ ਪਰ ਕੋਈ ਪੈਸਾ ਨਹੀਂ ਆਇਆ ਜੀ ਨਹੀਂ ਜੀ ਸਾਨੂੰ ਕਰਨ ਦੀ ਲੋੜ ਨਹੀਂ ਪੈਂਦੀ ਮੈਨੂੰ ਜੋ ਵੀ ਮਾਇਆ ਆਈ ਆ ਮੈਂ ਐਵੇਂ ਝੂਠ ਬੋਲਦਿਆਂ ਮਲਕੀਤ ਸਿੰਘ ਜੀ ਦਾਕਾ ਸਾਡੇ ਜ਼ਿਲ੍ਹਾ ਪ੍ਰੀਸ਼ਤ ਦੇ ਮੈਂਬਰ ਦਰਸ਼ਨ ਸਿੰਘ ਜੀ ਲੱਖਾ ਸਾਡਾ ਵੀਰ ਕਾਕਾ ਗਰੇਵਾਲ ਸੋਨੀ ਗਾਲਵ ਇਹਨਾਂ ਬੰਦਿਆਂ ਨੇ ਮੇਰੇ ਨਗਰ ਲਈ ਹਮੇਸ਼ਾ ਹੀ ਸਾਰੇ ਨੇ ਆਪੇ ਹੀ ਗਰੰਟਾ ਸਾਨੂੰ ਦੇ ਰਿਆ ਜੀ ਬਿਨਾ ਕਹਿਣ ਤੋਂ ਤੁਸੀਂ ਸਟਾਰਟਿੰਗ ਦੇ ਵਿੱਚ ਆਪਣੇ ਸ਼ਬਦਾਂ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਸੀ ਤੁਹਾਡੇ ਐਨਆਰਆਈ ਵੀਰਾਂ ਦੇ ਸਬੰਧ ਦੇ ਵਿੱਚ ਤੇ ਇਹ ਚਾਣਨਾ ਪਾਓ ਕਿ ਤੁਹਾਡੇ ਪਿੰਡ ਡੱਲਾ ਦੇ ਵਿੱਚ ਕਿੰਨੇ ਐਨਆਰਆਈ ਵੀਰ ਹੈ ਐਨਆਰਆਈ ਵੀਰ ਤਾਂ ਅਣਗਿਣਤੀ ਆ ਜੀ ਜੀ ਪਰ ਜੋ ਤੁਸੀਂ ਬਾਹਰ ਪਹਿਲਾਂ ਤਾਂ ਮੈਂ ਬੂਟੇ ਦੇਖੇ ਹੀ ਆ ਜੀ ਉਹ ਸਾਰੇ ਮੇਰੇ ਐਨਆਰਆਈ ਵੀਰਾਂ ਦੀ ਦੇਣ ਆ ਜੀ ਮੇਰੇ ਪਿੰਡ ਦੇ ਵਿੱਚ ਕਮੇਟੀ ਬਣੀ ਆ ਉਹਦੇ ਇੰਚਾਰਜ ਸਾਡੇ ਬਲਵੀਰ ਸਿੰਘ ਜੀ ਸਿੱਧੂ ਉਹਨੇ ਤੇ ਮੰਦਰ ਸਿੰਘ ਬਿਜਲੀ ਵਾਲੇ ਤੇ ਉਹਨਾਂ ਨਾਲ ਮੇਰੇ ਨਗਰ ਦੇ ਵਿੱਚੋਂ ਮੁੰਡੇ ਵੀ ਜੁੜੇ ਹੋਏ ਨੇ ਜੋ ਉਹ ਕਮੇਟੀ ਦੀ ਦੇਖਭਾਲ ਕਰਦੇ ਆ ਜੀ ਇਹ ਐਨ ਆਰ ਆਈ ਵੀਰਾਂ ਦੀ ਹੀ ਦੇਣਾ ਜੋ ਬੂਟੇ ਲੱਗੇ ਹੋਏ ਨੇ ਜੀ ਦਰਸ਼ਕਾਂ ਨੂੰ ਇੱਥੇ ਇੱਕ ਗੱਲ ਹੋ ਦੱਸਣੀ ਚਾਹਾਂਗੇ ਕਿ ਪਿੰਡ ਦੇ ਵਿੱਚ ਹਰਿਆਵਲ ਦੇ ਨਾਲ-ਨਾਲ ਰੋਡ ਮਿਰਰ ਜੋ ਹੈ ਹਰ ਇੱਕ ਮੋੜ ਦੇ ਉੱਤੇ ਦੇਖਣ ਨੂੰ ਮਿਲਦਾ ਹੈ ਔਰ ਪਿੰਡ ਦੀ ਜੋ ਦਿੱਖ ਹੈ ਉਸ ਨੂੰ ਦੇਖ ਕੇ ਹੀ ਪਤਾ ਲੱਗਦਾ ਕਿ ਕਿਤੇ ਨਾ ਕਿਤੇ ਜਾਂ ਤਾਂ ਇੱਥੋਂ ਦੇ ਐਨ ਆਰ ਆਈ ਵੀਰ ਸੂਜਵਾਨ ਨੇ ਜਾਂ ਪੰਚਾਇਤ ਸੂਜਵਾਨ ਨੇ ਇਹ ਹੋ ਸਕਦਾ ਹੈ ਪੂਰਾ ਪਿੰਡ ਹੀ ਸੂਜਵਾਨ ਹੋਵੇ ਤੇ ਇਹ ਚਾਨਣਾ ਪਾਓ ਜਿਸ ਹਿਸਾਬ ਨਾਲ ਤੁਹਾਡੇ ਪਿੰਡ ਦੀ ਦਿੱਖ ਹੈ ਤੇ ਇਸ ਦਿੱਖ ਦੀ ਬਣਤਰ ਨੂੰ ਇੰਨੇ ਵਧੀਆ ਸਲੀਕੇ ਦੇ ਨਾਲ ਸਜਾਉਣ ਦੀ ਜਿਹੜੀ ਸ਼ਲਾਘਾ ਕੀਤੀ ਜਾਵੇ ਇਹ ਪਿੰਡ ਵਾਸੀਆਂ ਦੀ ਜਾਂ ਐਨ ਆਰ ਆਈ ਵੀਰਾਂ ਦੀ ਜਾਂ ਪੰਚਾਇਤ ਦੀ ਇਹ ਸਭ ਤੋਂ ਜੀ ਸਹਿਯੋਗ ਤਾਂ ਐਨ ਆਰ ਆਈ ਵੀਰਾਂ ਦਾ ਉਹਦੇ ਵਿੱਚ ਬਹੁਤ ਜੇ ਮੈਂ ਕਹਾ ਮੇਨ ਯੋਗਦਾਨ ਆ ਸਾਡੇ ਅੰਕਲ ਬਲਬੀਰ ਸਿੰਘ ਜੀ ਸਿੱਧੂ ਜੋ ਸਾਨੂੰ ਉਹ ਦੱਸਦੇ ਰਹਿੰਦੇ ਆ ਮੌਕੇ ਮੌਕੇ ਤੇ ਵੀ ਆਹ ਕਰੋ ਆਇਆ ਕਰੋ ਤੇ ਬੂਟਿਆਂ ਦੀ ਸਾਫ ਸਵਾਲ ਕਰ ਰਹੇ ਆ ਤੇ ਸਾਨੂੰ ਵੀ ਉਹ ਸਹਿਯੋਗ ਦੇ ਰਹੇ ਆ ਬਹੁਤ ਜ਼ਿਆਦਾ ਮੇਰੇ ਨਗਰ ਨੂੰ ਮੰਦਰ ਸਿੰਘ ਜੀ ਆ ਬਿਜਲੀ ਵਾਲੇ ਸਾਡੇ ਅੰਕਲ ਜੀ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਆ ਜੀ ਸਾਡੇ ਨਗਰ ਦੇ ਵਿੱਚ ਜੇਕਰ ਗੱਲ ਕਰੀ ਐਨ ਆਰ ਆਈ ਵੀਰਾਂ ਦੀ ਤੇ ਹੁਣ ਇਹ ਜਾਣਨਾ ਪਾਓ ਕਿ ਬੀਬੀ ਜਸਵਿੰਦਰ ਕੌਰ ਜੀ ਦੇ 3 ਸਾਲ ਦੇ ਕਾਰਜਕਾਲ ਦੇ ਵਿੱਚ ਐਨ ਆਰ ਆਈ ਵੀਰਾਂ ਕਾ ਲੋ ਕਿਹੜੇ ਕਿਹੜੇ ਕੰਮ ਲਈ ਕਿੰਨਾ ਕਿੰਨਾ ਸਹਿਯੋਗ ਆਇਆ ਪਹਿਲਾਂ ਤਾਂ ਜੀ ਐਨ ਆਰ ਆਈ ਵੀਰਾਂ ਨੇ ਜਦੋਂ ਕਰੋਨਾ ਦੀ ਬਿਮਾਰੀ ਸੀ ਉਦੋਂ ਬਹੁਤ ਰੁਪਈਆ ਭੇਜਿਆ ਉਹਨਾਂ ਨੇ ਉਸ ਤੋਂ ਬਾਅਦ ਕਿਸਾਨ ਯੂਨੀਅਨ ਦਾ ਸੰਗਰਾਹ ਚੱਲ ਪਿਆ ਜੀ ਉਹਦੇ 'ਚ ਬਹੁਤ ਵੱਡਾ ਯੋਗਦਾਨ ਪਾਇਆ ਉਸ ਤੋਂ ਬਾਅਦ ਜੀ ਹੁਣ ਸਕੂਲ ਦੇ ਸਾਡੇ 12 ਕਮਰੇ ਸੀਗੇ ਜੋ ਬਹੁਤ ਹਾਲਤ ਖਸਤਾ ਸੀਗੀ ਉਹਦੇ ਤੇ ਟੈਲ ਲਾਈ ਆ 12 ਕਮਰਿਆਂ 'ਚ ਉਹਦੇ ਮੂਰੇ ਅਸੀਂ ਤਕਰੀਬਨ 43-4400 ਫੁੱਟ ਭਰਾਂਡਾ ਉਹਦੇ ਤੇ ਟੈਲ ਲਾਈ ਆ ਉਹ ਸਾਰਾ ਯੋਗਦਾਨ ਐਨ ਆਰ ਆਈ ਵੀਰਾਂ ਦਾ ਉਸ ਤੋਂ ਬਾਅਦ ਜੈਮ ਦਾ ਸਾਡੀ ਦਾ ਜੀ ਬਹੁਤ ਹਾਲਤ ਮਾੜੀ ਸੀਗੀ ਉਹ ਵੀ ਐਨ ਆਰ ਆਈ ਵੀਰਾਂ ਨੇ ਪੈਸੇ ਭੇਜਿਆ ਉਹਦੇ ਮੂਰੇ ਪੱਥਰ ਵੀ ਲਾਤਾ ਤੇ ਐਨ ਆਰ ਆਈ ਵੀਰਾਂ ਦਾ ਮੈਨੂੰ ਤਕਰੀਬਨ ਜੀ ਮੇਰੀ ਆਈਡੀ ਆ ਜੋ ਸਰਪੰਚ ਧੀਰਾ ਡੱਲਾ ਉਹਦੇ ਨਾਂ ਦੇ ਉੱਤੇ ਆ ਜੋ ਮੈਨੂੰ ਕੋਈ 200 ਰੁਪਈਆ ਵੀ ਦਿੰਦਾ ਤਾਂ ਮੈਂ ਉਹ ਵੀ ਪਾਉਣਾ ਇੱਕ ਗੱਲ ਇੱਥੇ ਇਹ ਵੀ ਆ ਜੀ ਮੈਂ ਲੋਕਾਂ ਨਾਲ ਵਾਦਾ ਕੀਤਾ ਜਦੋਂ ਬਣਿਆ ਸੀ ਸਰਪੰਚ ਅਸੀਂ 1.5 ਲੱਖ ਰੁਪਈਆ ਠੇਕਾ ਦਿੰਦੇ ਆ ਗਾਂਆਂ ਵਾਲਿਆਂ ਨੂੰ ਜੀ ਉਹ ਵੀ ਐਨ ਆਰ ਆਈ ਵੀਰ ਹੀ ਮੇਰੀ ਮਦਦ ਕਰ ਰਹੇ ਆ ਜੀ ਤੇ ਮੇਰੇ ਬਾਰੇ ਤਾਂ ਨਗਰ ਵਾਲਿਆਂ ਨੂੰ ਪਤਾ ਹੀ ਆ ਵੀ ਮੇਰੀ ਕੀ ਸਥਿਤੀ ਆ ਤੇ ਪਰ ਐਨ ਆਰ ਆਈ ਵੀਰਾਂ ਦਾ ਤਾਂ ਮੇਰੇ ਕੋਲੇ ਕੋਈ ਲਫ਼ਜ਼ ਨਹੀਂ ਹੁੰਦਾ ਜੀ ਧੰਨਵਾਦ ਕਰਨ ਲਈ ਹੁਣ ਵੀ ਪਰਸੋ ਮੈਂ ਪਾਈ ਆ ਜੀ ਮੈਂ ਐਡੀ ਦੇ ਉੱਤੇ ਸਾਡੇ ਬਹੁਤ ਹੀ ਸਤਿਕਾਰਯੋਗ ਐਨ ਆਰ ਆਈ ਵੀਰ ਸਾਡੇ ਅੰਕਲ ਜੀ ਸੇਰ ਸਿੰਘ ਜੀ ਇਨਸਪੈਕਟਰ ਖੇਤੀਬਾੜੀ ਉਹਨਾਂ ਦਾ ਸੁਪੁੱਤਰ ਆਇਆ ਜੀ ਕੈਨੇਡਾ ਦੇ ਵਿੱਚੋਂ ਜਗਰਾਤ ਸਿੰਘ ਰਾਏ ਪੱਤੀ ਉਹਨਾਂ ਨੇ 125000 ਰੁਪਇਆ ਸਕੂਲ ਲਈ ਦਿੱਤਾ ਸੀ ਸਾਨੂੰ ਬੜੀ ਖੁਸ਼ੀ ਹੋਈ ਮਾਸਟਰਮੈਨ ਨੂੰ ਕਹਿੰਦਾ ਸੀ ਪੈਸੇ ਥੋੜੇ ਆ ਮੈਂ ਕਿਹਾ ਕੋਈ ਗੱਲ ਨਹੀਂ ਐਨਆਰਆਈ ਬਾਹਰ ਬੈਠੇ ਆ ਜਾਣੇ ਆ ਪਰ ਅੱਜ ਹੋਰ ਵੀ ਖੁਸ਼ੀ ਹੋਈ ਤਕਰੀਬਨ 10 ਤੋਂ 12 ਲੱਖ ਰੁਪਇਆ ਸਾਡੇ ਸਕੂਲ ਲਈ ਗ੍ਰਾਂਟ ਆ ਗਈ ਜੀ ਜੀ ਇੱਕ ਗੱਲ ਦੱਸੋ ਕਿ ਤੁਹਾਡੇ ਪਿੰਡ ਦੇ ਐਨਆਰਆਈ ਵੀਰ ਜਸਵਿੰਦਰ ਕੌਰ ਜੀ ਦੇ ਕਾਰਜਕਾਲ ਵਿੱਚ ਹੀ ਪਿੰਡ ਦੇ ਵਿਕਾਸ ਕੰਮ ਨਹੀਂ ਸਹਿਯੋਗ ਕਰ ਰਹੇ ਨੇ ਜਾਂ ਪਹਿਲਾਂ ਵੀ ਕਰਦੇ ਸੀ ਪੈਸੇ ਦਾ ਜੀ ਉਹਨਾਂ ਨੇ ਬਹੁਤ ਭੇਜੇ ਆ ਪਰ ਉਹ ਪੈਸਿਆਂ ਦਾ ਕੋਈ ਹਸਾਬ ਕਿਤਾਬ ਨਹੀਂ ਹੈਗਾ ਮੇਤੋਂ ਜਦੋਂ ਮਰਜੀ ਉਹ ਹਸਾਬ ਦਾ ਮੰਗਣ ਮੈਂ ਦਊਗਾ ਪੈਸੇ ਉਹਨਾਂ ਨੇ ਪਹਿਲਾਂ ਵੀ ਬਹੁਤ ਭੇਜੇ ਆ ਮੈਨੂੰ ਪੈਸੇ ਜਿੰਨੇ ਭੇਜਿਆ ਜੀ ਮੈਂ ਉਹਨਾਂ ਦੇ ਪੱਥਰ ਲਾ ਰਿਹਾ ਮੈਂ ਐਨ ਆਰ ਆਈ ਵੀਰਾਂ ਦਾ ਇੱਕ ਪੱਥਰ ਜੈਮ ਦੇ ਮੂਹਰੇ ਲਾਤਾ ਜੀ ਦੋ ਪੱਥਰ ਮੇਰੇ ਬਣਾਏ ਪਏ ਆ ਜਿੰਨੇ ਪੈਸੇ ਭੇਜੇ ਆ ਉਹ ਵੀ ਮੈਂ ਹਾਈ ਸਕੂਲ ਦੇ ਵਿੱਚ ਲਾਉਣ ਲੱਗਾਂਗਾ ਜੋ ਸਾਨੂੰ ਜਿੰਨੇ ਵੀ ਸੰਯੋਗ ਕਰ ਰਹੇ ਆ ਸਾਰਿਆਂ ਦੇ ਨਾਮ ਲਿਖ ਕੇ ਪੱਤਰਾਂ ਦੇ ਉੱਤੇ ਮੈਂ ਲਾ ਰਿਹਾ ਤੇ ਨਿਰਮਲ ਸਿੰਘ ਜੀ ਇੱਕ ਗੱਲ ਦਾ ਹੋਰ ਚਾਲਣਾ ਪਾਓ ਇਹ ਜਿਹੜਾ ਚਾਲਣਾ ਹੈ ਆ ਇਹ ਸਾਡੇ ਹੋਰ ਸਰਪੰਚ ਪਾਈਚਾਰੇ ਲਈ ਨਿਰਮਲ ਸਿੰਘ ਜੀ ਹੁਣ ਇੱਕ ਚਾਲਣਾ ਹੋਰ ਪਾਓ ਸਾਡੇ ਸਰਪੰਚ ਵੀਰਾਂ ਨੂੰ ਇੱਕ ਤੁਹਾਡੀ ਸਲਾਹ ਹੋਏਗੀ ਇਹ ਕਿਉਂਕਿ ਕਈ ਸਰਪੰਚ ਵੀਰਾਂ ਨਾਲ ਜਦੋਂ ਗੱਲਬਾਤ ਕਰਦੇ ਆ ਕਿ ਤੁਹਾਡੇ ਪਿੰਡ ਦੇ ਐਨ ਆਰ ਆਈ ਵੀਰ ਤੁਹਾਡੇ ਪਿੰਡ ਦੇ ਵਿਕਾਸ ਕੰਮ ਲਈ ਕੀ ਸਹਿਯੋਗ ਕਰਦੇ ਨੇ ਤਾਂ ਉਹ ਦੱਸਦੇ ਨਹੀਂ ਕਿ ਸਾਡੇ ਪਿੰਡ ਦੇ ਐਨ ਆਰ ਆਈ ਵੀਰ ਕੋਈ ਸਹਿਯੋਗ ਨਹੀਂ ਕਰਦੇ ਜਦੋਂ ਕਿ ਗੁਰਦੁਆਰਾ ਸਾਹਿਬ ਉਸ ਪਿੰਡ ਦੇ ਵਿੱਚ 2-2 3-3 ਬਣੇ ਹੋਏ ਨੇ ਗੁਰਦੁਆਰਾ ਸਾਹਿਬ ਨੂੰ ਮਾਇਆ ਦਾ ਦਾਨ ਕਰਦੇ ਆ ਤੇ ਇਹ ਦੱਸੋ ਕਿ ਤੁਹਾਡੇ ਕੋਲ ਕਿਹੜੀ ਗਿੱਦੜ ਸਿੰਘੀ ਐ ਜਿਹਦੀ ਕਰਕੇ ਜਿਹੜੇ ਤੁਹਾਡੇ ਐਨਆਰਆਈ ਵੀਰ ਨੇ ਆਪਣੇ ਪਿੰਡ ਦੀ ਪੰਚਾਇਤ ਨੂੰ ਵਿਕਾਸ ਕੰਮ ਲਈ ਰਕਮ ਦਿੰਦੇ ਨੇ ਉਹ ਗਿੱਦੜ ਸਿੰਘੀਆਂ ਉਹ ਸਾਡੇ ਹੋਲ ਸਰਪੰਚ ਭਾਈ ਚਾਰਾ ਵੀ ਰੱਖ ਲੂਗਾ ਫਿਰ ਨਹੀਂ ਜੀ ਮੇਰੇ ਕੋਲੇ ਗਿੱਦੜ ਸਿੰਘੀ ਕੋਈ ਨਹੀਂ ਮੇਰਾ ਬਹੁਤ ਹੀ ਸਤਿਕਾਰਯੋਗ ਵੀਰ ਮੇ ਤੋਂ ਛੋਟਾ ਐਡਵੋਕੇਟ ਆ ਰਪਿੰਦਰਪਾਲ ਸਿੰਘ ਸਰਾ ਜੀ ਜੋ ਹਮੇਸ਼ਾ ਮੇਰੀ ਪੰਚਾਇਤ ਲਈ ਜਦੋਂ ਅਸੀਂ ਸਕੂਲ ਤੋਂ ਫਰਸ ਲਾਉਣ ਲੱਗੇ ਉਹਨੂੰ ਮੈਂ ਕਿਹਾ ਮੈਂ ਕਿਹਾ ਯਾਰ ਰਪਿੰਦਰ ਜੀ ਮੈਨੂੰ ਪੈਸੇ ਮੰਗਣ ਲਈ ਥੋੜਾ ਸਰਮਾ ਰਹੀ ਆ ਕਿਵੇਂ ਮੰਗੀਏ ਪਰ ਉਹਨੇ ਵੀਰ ਨੇ ਫੇਸਬੁੱਕ ਦੇ ਉੱਤੇ ਅਸੀਂ ਪਤਾ ਜੀ ਤੇ ਉਹ ਸਾਡਾ ਬਹੁਤ ਵੱਡਾ ਸੰਯੋਗ ਕਰ ਰਿਹਾਗਾ ਤੇ ਐਨ ਆਰ ਆਈ ਵੀਰਾਂ ਨੇ ਜਦੋਂ ਅਸੀਂ ਫਰਸ ਸ਼ੁਰੂ ਕੀਤਾ ਸੀਗਾ ਜੀ ਸਾਡੀ ਬਹੁਤ ਹੀ ਸਤਿਕਾਰਯੋਗ ਪ੍ਰਿੰਸੀਪਲ ਸੁਤਵਿੰਦਰ ਕੌਰ ਸੁਤਵੰਤ ਕੌਰ ਜੀ ਲੁਧਿਆਣਾ ਜੀ ਉਹਨਾਂ ਦਾ ਵੀ ਮੇਰੇ ਨਗਰ ਦੇ ਵਿੱਚ ਉਹ ਸਕੂਲ ਲਈ ਹਾਇਰ ਸਕੈਂਡਰੀ ਲਈ ਬਹੁਤ ਵੱਡਾ ਯੋਗਦਾਨ ਆ ਜੀ ਜੇ ਐਨ ਆਰ ਆਈ ਵੀਰਾਂ ਤੋਂ ਪੈਸੇ ਮਗਾਉਣ ਦੀ ਮੈਂ ਗੱਲ ਕਰਾਂ ਉਹਦੇ ਵਿੱਚ ਸਾਡੇ ਵੀਰ ਰਪਿੰਦਰ ਐਡਵੋਕੇਟ ਰਪਿੰਦਰ ਸਿੰਘ ਸਰਾ ਦਾ ਬਹੁਤ ਵੱਡਾ ਯੋਗਦਾਨ ਆ ਜੀ ਪਿੰਡ ਡੇਲਾ ਦੀ ਜੋ ਐਨ ਆਰ ਆਈ ਵੀਰ ਨੇ ਉਹ ਵਧਾਈ ਦੇ ਪਾਤਰ ਨੇ ਕਿਉਂਕਿ ਸਰਪੰਚ ਬੀਬੀ ਜਸਵਿੰਦਰ ਕੌਰ ਜੀ ਦੇ ਪਤੀ ਸਰਦਾਰ ਨਿਰਮਲ ਸਿੰਘ ਜੀ ਜਿਸ ਤਰ੍ਹਾਂ ਤੁਹਾਡੇ ਸਹਿਯੋਗ ਦੀ ਗੱਲ ਕਰਦੇ ਨੇ ਤਾਂ ਹਲਕਾ ਜਿਗਰਾਉਣ ਦੇ ਵਿੱਚ ਇੰਨੇ ਜੋਸ਼ ਨਾਲ ਔਰ ਇੰਨਾ ਭਾਰੀ ਸਹਿਯੋਗ ਸਾਨੂੰ ਹੁਣ ਤੱਕ ਨਜ਼ਰ ਨਹੀਂ ਆਇਆ ਕਿ ਐਨ ਆਰ ਆਈ ਵੀਰਾਂ ਨੇ ਇੰਨਾ ਸਹਿਯੋਗ ਪਿੰਡ ਨੂੰ ਕੀਤਾ ਹੋਵੇ ਔਰ ਆਪਣੇ ਪਿੰਡ ਨੂੰ ਸੰਭਾਇਆ ਹੋਵੇ ਜੇਕਰ ਆਪਾਂ ਗੱਲ ਕਰੀਏ ਤੁਹਾਡੇ ਪਿੰਡ ਦੀ ਤੁਸੀਂ ਗੱਲ ਕੀਤੀ ਤੁਹਾਨੂੰ ਸਰਕਾਰ ਕਰਨੀ 14ਵੇਂ 15ਵੇਂ ਵਿੱਤ ਕਮਿਸ਼ਨ ਦੀ ਰਕਮਾਈ ਜੋ ਜੇਕਰ ਆਪਾਂ ਪਿੰਡ ਵਾਸੀਆਂ ਦੀ ਗੱਲ ਕਰੀਏ ਤਾਂ ਪਿੰਡ ਦੇ ਵਿੱਚ ਤੁਸੀਂ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਜੋ ਵੀ ਸਹੂਲਤਾਂ ਪਿੰਡ ਵਾਲਿਆਂ ਨੂੰ ਦੇ ਰਹੇ ਹੋ ਤੱਕੀ ਪਿੰਡ ਵਾਲੇ ਉਹ ਸੁਵਿਧਾ ਨੂੰ ਸਾਹਮਦੇ ਨੇ ਜਾਂ ਫਿਰ ਹੋਰ ਪਿੰਡਾਂ ਦੇ ਸਰਪੰਚ ਭਾਈਚਾਰੇ ਵਾਂਗੂ ਤੁਹਾਨੂੰ ਵੀ ਪ੍ਰੋਬਲਮ ਆਦੀ ਕਿਉਂਕਿ ਜਿਸ ਤਰ੍ਹਾਂ ਪੌਦੇ ਲਗਾਏ ਨੇ ਕਈ ਪਿੰਡਾਂ ਦੇ ਵਿੱਚ ਇਹ ਸਮੱਸਿਆ ਹੈ ਕਿ ਉਹ ਪੌਦਿਆਂ ਨੂੰ ਬੱਕਰਾ ਖਾ ਗਿਆ ਬੱਕਰੇ ਨੂੰ ਫਿਰ ਜੱਟ ਖਾ ਗਿਆ ਇਸ ਤਰ੍ਹਾਂ ਦੀ ਕੋਈ ਸਮੱਸਿਆ ਤੁਹਾਨੂੰ ਆ ਰਹੀ ਸੀ ਜੇ ਆਈ ਤਾਂ ਤੁਸੀਂ ਕਿਸ ਤਰ੍ਹਾਂ ਇਹਨੂੰ ਸਾਰੀ ਸਮੱਸਿਆਵਾਂ ਨੂੰ ਮੇਨਟੇਨ ਰੱਖਦੇ ਹੋ ਨਹੀਂ ਜੀ ਅਸੀਂ ਜੇ ਕੋਈ ਬੰਦਾ ਬੂਟੇ ਨੂੰ ਵੜਦਾ ਸਾਡੇ ਐਨਆਰਆਈ ਵੀਰਾਂ ਦੇ ਲਾਏ ਹੋਏ ਨੂੰ ਅਸੀਂ ਉਹਨੂੰ ਜੁਰਮਾਨਾ ਕਰਦੇ ਆ ਭਾਰੀ ਤੋਂ ਭਾਰੀ ਪਹਿਲੀ ਗੱਲ ਕੋਈ ਵੜਦਾ ਹੀ ਨਹੀਂਗਾ ਜੀ ਅਸੀਂ ਆਪ ਇਹਨੂੰ ਸਾਡੀ ਕਮੇਟੀ ਬਣੀ ਆ ਜੋ ਐਨ ਆਰ ਆਈ ਵੀਰਾਂ ਦੀ ਬਣਾਈ ਹੋਈ ਆ ਉਹੀ ਸਪਰੇਅ ਕਰਦੇ ਆ ਜੀ ਉਹੀ ਇਹਨਾਂ ਦੀ ਸਾਫ ਸੰਭਾਲ ਕਰਦੇ ਆ ਉਹੀ ਇਹਨਾਂ ਨੂੰ ਵੜਦੇ ਆ ਜੀ ਨੀ ਹੁਣੇ ਕਹੀਦੇ ਚਲੋ ਇਹ ਬੁੱਟਿਆਂ ਦੀ ਗੱਲ ਹੋਈ ਜੇਕਰ ਆਪਾਂ ਗਲੀਆਂ ਦੀ ਵੀ ਗੱਲ ਕਰੀਏ ਜਿਵੇਂ ਇੰਟਰਲੌਕ ਟੈਲਾਂ ਲੱਗ ਗਈਆਂ ਨੇ ਤਾਂ ਲੋਕ ਆਪਣੇ ਆਪਣੇ ਗੇਟ ਦੇ ਮੂਹਰੇ ਦੀ ਇੰਟਰਲੌਕ ਟੈਲਾਂ ਦੀਆਂ ਜਿਹੜੀਆਂ ਗਲੀਆਂ ਨੇ ਉਹਨਾਂ ਦੀ ਸੰਭਾਲ ਨਹੀਂ ਕਰਦੇ ਨਾਲੀਆਂ ਨੇ ਉਹਨਾਂ ਵਿੱਚ ਗੰਦਗੀ ਪਾਈ ਜਾਂਦੀ ਹੈ ਪਰ ਤੁਹਾਡੇ ਪਿੰਡ ਦੇ ਵਿੱਚ ਸਾਨੂੰ ਇਹ ਕਮੀਆਂ ਨਜ਼ਰ ਨਹੀਂ ਆਈਆਂ ਇਹ ਕਿਸ ਤਰ੍ਹਾਂ ਤੁਸੀਂ ਆਪਣੇ ਪਿੰਡ ਵਾਲਿਆਂ ਨੂੰ ਸਾਰਾ ਕੁਝ ਸਿਖਾਇਆ ਹੈ ਲੱਗਦਾ ਵੀ ਜਿਵੇਂ ਉਹਨਾਂ ਨੇ ਇੱਕ ਹੁਕਮ ਹੀ ਦਿੱਤੇ ਹੁੰਦੇ ਨੇ ਨਹੀਂ ਜੀ ਮੇਰੇ ਨਗਰ ਦੇ ਉੱਤੇ ਮਾਲਕ ਦੀ ਕਿਰਪਾ ਵੀ ਬਹੁਤ ਵੱਡੀ ਆ ਜੇ ਮੈਂ ਕਹਦੇ ਆ ਲੋਕ ਬਹੁਤ ਸਾਫ ਸਪਾਈ ਰੱਖਦੇ ਆ ਜੀ ਤੇ ਸਾਡਾ ਸਹਿਯੋਗ ਵੀ ਬਹੁਤ ਦੇ ਰਹੇ ਆ ਜੀ ਨਗਰ ਵਾਲੇ ਬਹੁਤ ਸਹਿਯੋਗ ਦੇ ਰਹੇ ਆ ਤੇ ਸਭ ਤੋਂ ਵੱਡੀ ਗੱਲ ਇੱਥੇ ਆ ਜੀ ਮੇਰੇ ਪਿੰਡ ਦੇ ਵਿੱਚ ਮੈਂ 58 ਸਾਲ ਦੀ ਮਾਤਾ ਤੇ 65 ਸਾਲ ਦਾ ਬਜ਼ੁਰਗ ਜੀ ਲੱਭਦੇ ਰਹਿੰਦੇ ਆ ਜੀ ਮੇਰੇ 9 ਮੈਂਬਰ ਤੇ 10ਵੀਂ ਸਾਡੀ ਸਰਪੰਚਣੀ ਅਸੀਂ ਕੋਈ ਵੀ ਬੰਦਾ ਨਹੀਂ ਛੱਡਿਆ ਜਿਹਦੀ 52 ਸਾਲ ਉਮਰ ਹੋਵੇ ਪਰ ਸਨ ਲੱਗਣ ਦੇ ਜੋਗ ਹੋਵੇ ਤੇ ਉਹਦੀ ਲੱਗੀ ਨਾ ਹੋਵੇ ਪਾਰਟੀ ਬੇਚ ਤੇ ਮੇਰੀ ਕੋਈ ਕਿਸੇ ਨਾਲ ਪਾਰਟੀ ਨਹੀਂ 24 ਘੰਟੇ ਸਾਡੇ ਘਰ ਦੇ ਦਰਵਾਜ਼ੇ ਖੁੱਲੇ ਆ ਦੁੱਖ ਤਕਲੀਫ ਦੇ ਵਿੱਚ ਹਰ ਟਾਈਮ ਅਸੀਂ ਲੋਕਾਂ ਦੇ ਵਿੱਚ ਵਿਚਰਦੇ ਆ ਜੀ ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਗੱਲ ਕੀਤੀ ਬੂਟਿਆਂ ਦੀ ਔਰ ਉਹਨਾਂ ਦੀ ਸਾਂਭ ਸੰਭਾਲ ਜੋ ਐਨ ਆਰ ਆਈ ਵੀਰ ਹੀ ਕਮੇਟੀ ਬਣਾਹੀ ਕੰਨ ਰਹੇ ਨੇ ਇਹ ਜਾਣਣਾ ਪਾਓ ਐਨ ਆਰ ਆਈ ਵੀ ਤਾਂ ਸਾਂਭ ਸੰਭਾਲ ਕਰ ਰਹੇ ਨੇ ਪਰ ਸਰਕਾਰ ਨੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਜੋ 550 ਪੌਦਾ ਦਿੱਤਾ ਸੀ ਕੀ ਉਹ ਪੌਦਾ ਵੀ ਆਪਣੇ ਪਿੰਡ ਆਇਆ ਹਾਂਜੀ ਬਿਲਕੁਲ ਜੀ ਲਾਏ ਵੀ ਆ ਉਹਦੀ ਖਾਤਰ ਸਾਨੂੰ ਸਪੈਸ਼ਲ ਨਰੇਗਾ ਵੀ ਮਿਲਦੀ ਆ ਅਸੀਂ ਇੱਕ ਕਮਿਊਨਿਟੀ ਵਾਲਾ ਹੀ ਪੈਲਸ ਜਿਹਦੇ ਵਿੱਚ ਵਿਆਹ ਸਾਧੀਆਂ ਹੁੰਦੀਆਂ ਉੱਥੇ ਲਾਏ ਆ ਹਾਈ ਸਕੂਲ ਦੇ ਵਿੱਚ ਲਾਏ ਆ ਪ੍ਰਾਇਮਰੀ ਸਕੂਲ ਦੇ ਵਿੱਚ ਬੂਟੇ ਲਾਏ ਆ ਜੀ ਜੋ ਇਸ ਟਾਈਮ ਪੂਰੇ ਹਰੇ ਭਰੇ ਖੜੇ ਆ ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਗੱਲ ਕੀਤੀ ਸੀ ਕਿ ਤੁਸੀਂ ਆਪਣੇ ਪਿੰਡ ਦੇ ਵਿੱਚ 58 ਔਰ 62 ਸਾਲ ਦੇ ਬਜ਼ੁਰਗ ਲੱਭਦੇ ਰਹਿੰਦੇ ਹੋ ਤਾਂ ਜੋ ਉਹਨਾਂ ਨੂੰ ਬੁਢਾਪਾ ਪੈਨਸ਼ਨ ਲਈ ਜਾਵੇ ਤੁਹਾਡੇ ਪਿੰਡ ਦੇ ਵਿੱਚ ਕੋਈ ਬਜ਼ੁਰਗ ਹੈ ਜਾਂ ਨਹੀਂ ਜਿਹਨੂੰ ਬੁਢਾਪਾ ਪੈਨਸ਼ਨ ਨਾ ਲੱਗੀ ਹੋਵੇ ਹੁਣ ਇੱਕ ਚਾਣਨਾ ਹੋਰ ਪਾਓ ਤੁਹਾਡੇ ਪਿੰਡ ਦੇ ਵਿੱਚ ਕਿੰਨੇ ਗਰੀਬ ਪਰਿਵਾਰ ਨੇ ਜਿਨ੍ਹਾਂ ਦੇ ਘਰ ਕੱਚੇ ਨੇ ਤੇ ਜਿਨ੍ਹਾਂ ਨੂੰ ਸਰਕਾਰ ਤੋਂ ਆਪਣੇ ਘਰਾਂ ਨੂੰ ਮੇਨਟੇਨ ਕਰਨ ਦੇ ਲਈ ਪੈਸੇ ਦੀ ਲੋੜ ਹੈ ਘਰ ਤਾਂ ਜੀ ਤਕਰੀਬਨ ਹੈਗੇ ਪੱਕੇ ਪਰ ਨੀਵੇਂ ਬਹੁਤ ਜ਼ਿਆਦੇ ਆ ਮੈਂ ਜਦੋਂ ਅਸੀਂ ਬਣੇ ਸੀਗੇ ਉਦੋਂ ਅਸੀਂ 20 ਤੋਂ 25 ਘਰ ਨਰੇਗ ਵਾਲਿਆਂ ਨੂੰ ਲਿਖਾਈ ਸੀ ਪਰ ਘਰਾਂ ਲਈ ਸਾਨੂੰ ਕੁਝ ਮਿਲਿਆ ਨਹੀਂ ਸਰਕਾਰਾਂ ਲਗੋ ਜੀ ਮੇਰੇ ਪਿੰਡ ਦੇ ਵਿੱਚ ਗਰੀਬ ਪਰਿਵਾਰ ਬਹੁਤ ਰਹਿੰਦੇ ਆ ਜੀ ਜਿੰਨਾਂ ਨੂੰ ਲੋੜ ਆ ਜਗ੍ਹਾ ਵੀ ਬਹੁਤ ਥੋੜੀ ਆ ਪਰ ਉਹਨਾਂ ਨੂੰ ਜਗ੍ਹਾ ਵੀ ਨਹੀਂ ਮਿਲੀ ਕਿਉਂਕਿ ਸਾਡੀ ਪੰਚਾਇਤ ਕੋਲੇ ਕੋਈ ਜਗ੍ਹਾ ਨਾ ਹੋਣ ਕਾਰਨ ਉਹ ਵਿਚਾਰੇ ਰਹਿ ਗਏ ਜੀ ਜੇਕਰ ਆਪਾਂ ਗੱਲ ਕਰੀਏ ਤੁਹਾਡੇ ਪਿੰਡ ਡੱਲਾ ਦੀ ਤਾਂ ਪਿੰਡ ਡੱਲਾ ਦੀ ਧਰਤੀ ਦੇ ਉੱਤੇ ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਦੇ ਚਰਨ ਪਏ ਹੋਏ ਨੇ ਔਰ ਜੇਕਰ ਆਪਾਂ ਗੱਲ ਕਰੀਏ ਪਿੰਡ ਡੱਲਾ ਦੇ ਨੌਜਵਾਨਾਂ ਦੀ ਤੇ ਇਹ ਦੱਸੋ ਕਿ ਪਿੰਡ ਡੱਲਾ ਦੇ ਵਿੱਚ ਨੌਜਵਾਨਾਂ ਦੇ ਵਿੱਚ ਨਸ਼ੇ ਦੇ ਕੀ ਹਾਲਾਤ ਨੇ ਨਸ਼ਾ ਜੀ ਮੇਰੇ ਪਿੰਡ ਕੋਈ ਵੇਚਦਾ ਤਾਂ ਹੈ ਨਹੀਂਗਾ ਪਰ ਮੈਂ ਇੱਥੇ ਝੂਠ ਨਹੀਂ ਬੋਲਣਾਗਾ ਮੇਰੇ ਪਿੰਡ ਚ 8 ਤੋਂ 10 ਨੌਜਵਾਨ ਹੈਗੇ ਆ ਜਿਨ੍ਹਾਂ ਨੂੰ ਅਸੀਂ ਪੌਸਟਰ ਵੀ ਫੜਾਇਆ ਸੀ ਤੇ ਝਕਾਏ ਵੀ ਸੀ ਪਰ ਮੈਂ ਸਰਕਾਰ ਤੋਂ ਤੁਹਾਡੇ ਚੈਨਲ ਦੇ ਜ਼ਰੀਏ ਜ਼ਰੂਰ ਅਪੀਲ ਕਰੂੰਗਾ ਵੀ ਗੱਲਾਂ ਨਾਲ ਨਾਲ ਆਪਸ ਆ ਰਹੀਏ ਇਹਦੇ ਤੇ ਜ਼ਰੂਰ ਕੰਟਰੋਲ ਕਰਨਾ ਚਾਹੀਦਾ ਜਦੋਰਦਾਵਾ ਸਾਹਿਬ ਨਹੀਂ ਜੀ ਬਣੇ ਉਹ ਤੋਂ ਕਹਿੰਦੇ ਸੀ ਕੈਪਟਨ ਸਾਹਿਬ ਨਹੀਂ ਕੁਛ ਕਰ ਰਿਹਾ ਪਰ ਨਸੇ ਨੂੰ ਜ਼ਰੂਰ ਠੱਲ ਪਾਉਣੀ ਚਾਹੀਦੀ ਆ ਇਹਦੇ ਨਕੇਲ ਪਾਉਣੀ ਚਾਹੀਦੀ ਆ ਜੀ ਮੇਰੇ ਪਿੰਡ ਦੇ ਨੌਜਵਾਨ ਜੀ ਆ ਇਧਰ ਖੇਡ ਵੀ ਰਹੇ ਆ ਬਾਲੀਵਾਲ ਦੇ ਮੇਰੇ ਨਗਰ ਦੇ ਵਿੱਚ ਦੋ ਤਿੰਨ ਗਰਾਊਂਡ ਆ ਜਿੱਥੇ ਹਰ ਟਾਈਮ ਖੇਡਦੇ ਰਹਿੰਦੇ ਆ ਨੌਜਵਾਨ ਤੇ ਜਿੰਮਾ ਸਾਡੇ ਦੋ ਲਾਤੀਆਂ ਜੀ ਅਸੀਂ ਜਿਹੜੀ ਪੁਰਾਣੀ ਜੈਮ ਸੀ ਉਹਦੀ ਰਿਪੇਅਰ ਕਰਾ ਕੇ ਇਧਰ ਧਰਮਸ਼ਾਲਾ ਸਾਡੀ ਐਸਸੀ ਉਹਦੇ ਵਿੱਚ ਰੱਖਦੀ ਉੱਤੇ ਵੀ ਨੌਜਵਾਨ ਇਕੱਠੇ ਹੁੰਦੇ ਆ ਇਹ ਹੁਣ ਇੱਕ ਨੌਜਵਾਨਾਂ ਲਈ ਓਪਨ ਜਮ ਬਹੁਤ ਜਲਦੀ 2 ਚੌਂਦਨਾ ਚ ਉਹ ਲਾਉਣ ਲੱਗਿਆ 4 ਲੱਖ ਰੁਪਈਆ ਜੀ ਓਪਨ ਜਮ ਦਾ ਆ ਨੌਜਵਾਨਾਂ ਨੂੰ ਸਾਂਭਣ ਦੀ ਖਾਤਰ ਮੇਰਾ ਜੀ ਤਕਰੀਬਨ 5 ਮਹੀਨੇ ਹੋ ਗਏ ਇੱਕ ਫੌਜੀ ਸਾਹਿਬ ਰੱਖੇ ਹੋਏ ਆ ਉਹਨਾਂ ਨੂੰ 3 ਤੋਂ 4000 ਰੁਪਈਆ ਹਰੇਕ ਮਹੀਨੇ ਮੈਂ ਕੋਲੋਂ ਦੇ ਰਿਹਾ ਐਨਆਰਆਈ ਵੀਰਾਂ ਦੀ ਮਦਦ ਨਾਲ ਉਹ ਜਗਰਾਉ ਤੋਂ ਆਉਂਦੇ ਆ 5 ਵਜੇ ਕੁੜਗਾਂ ਨੂੰ ਤੇ ਮੁੰਡਿਆਂ ਨੂੰ ਸਖਲਾਈ ਦਿੰਦਿਆ ਜੀ ਵੀ ਮੇਰੇ ਨਗਰ ਦਾ ਕੋਈ ਵੀ ਬੱਚਾ ਫੋਰਸ ਦੇ ਵਿੱਚ ਜਾਂ ਫੌਜ ਦੇ ਵਿੱਚ ਹੋਵੇ ਤਾਂ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਜੀ ਅੰਤ ਦੇ ਵਿੱਚ ਦਰਸ਼ਕਾਂ ਨੂੰ ਇੱਕ ਸੁਨੇਹਾ ਹੋਰ ਦੱਸਣਾ ਚਾਹਾਂਗੇ ਪਿੰਡ ਡੱਲਾ ਦੇ ਜੋ ਵਿਕਾਸ ਕੰਮ ਨੋ ਵਾਰਡ ਦੇ ਵਿੱਚ ਹੋਏ ਨੇ 1 ਬਾਈ 1 ਇੱਕ ਇੱਕ ਵਾਰਡ ਦੇ ਵਿੱਚ ਕੀਤੇ ਗਏ ਵਿਕਾਸ ਕੰਮ ਬੀਬੀ ਜਸਵਿੰਦਰ ਕੌਰ ਜੀ ਦੀ ਨਿਗਰਾਨੀ ਹੇਠ ਬਹੁਤ ਜਲਦੀ ਫਰਵਰੀ ਦੇ ਮਹੀਨੇ ਦੇ ਵਿੱਚ ਇੱਕ ਵਾਰੀ ਫੇਰ ਦੁਬਾਰਾ ਤੁਹਾਨੂੰ ਇਹ ਵਿਕਾਸ ਕੰਮ ਦਿਖਾਵਾਂਗੇ ਔਰ ਉਸ ਸਮੇਂ ਬੀਬੀ ਜਸਵਿੰਦਰ ਕੌਰ ਜੀ ਵੀ ਆਪਣੇ ਪੁੱਕੇ ਘਰ ਦੇ ਵਿਆਹ ਦੇ ਕਮਾਂਕਾਰਾਂ ਤੋਂ ਵਿਲੇ ਹੋ ਜਾਣਗੇ